गुड मॉर्निंग 6th क्लास स्टूडेंट्स वेलकम टू योर ऑनलाइन मैथमेटिक्स क्लास टुडेस टॉपिक इज एलसीएम एलसीएम मींस लीस्ट कॉमन मल्टीपल सो लेट्स स्टार्ट सबसे पहला देखो जी 9 एंड 4 अपने को गिवन है एंड इसका एलसीएम फाइंड करना है अभी तो सबसे पहला हम 9th 4 ਨੂੰ ਲਿਖਦੇ ਆ ਇਹ ਸਾਈਨ ਨੂੰ ਤੁਸੀਂ ਸਬਟ੍ਰੈਕਸ਼ਨ ਦਾ ਸਾਈਨ ਨਹੀਂ ਮੰਨਣਾ ਜੀ ਇਹ ਆਪਣੀ ਹਾਈਫਨ ਹੈ मींस ਇਹਨਾਂ ਦੋਨਾਂ ਵਿੱਚਕਾਰ ਡਿਫਰੈਂਸ ਸ਼ੋ ਕਰੇਗਾ ਸਭ ਤੋਂ ਪਹਿਲਾਂ ਤੁਸੀਂ ਸਭ ਤੋਂ ਛੋਟੇ ਟੇਬਲ ਤੇ ਚੈੱਕ ਕਰਨਾ ਜੀ ਇਸ ਨੂੰ 2 ਦੇ ਟੇਬਲ ਤੇ ਚੈੱਕ ਕਰਦੇ ਆ 2 ਦੇ ਟੇਬਲ ਚ 9 ਨਹੀਂ ਆਉਂਦਾ ਸੋ 9 ਨੂੰ ਉਵੇਂ ਹੀ ਲਿਖ ਦਿਓ 4 ਆਉਂਦਾ 2 2 4 ਸੋ ਇਥੇ 2 ਲਿਖਾਂਗੇ ਅਗੇਨ 2 ਦੇ ਟੇਬਲ ਤੇ ਜਾਵਾਂਗੇ 9 ਸੇਮ ਰਹੇਗਾ 2 1 2 ਥੈਨ 3 ਦੇ ਟੇਬਲ ਤੇ ਚੈੱਕ ਕਰਦੇ ਹਾਂ 3 3 9 1 ਉਵੇਂ ਹੀ ਰਹੇਗਾ ਐਂਡ 3 1 3 1 ਦੋਨੋਂ ਜਗ੍ਹਾ ਤੇ 1 ਬਣ ਗਿਆ ਸੋ ਆਪਣਾ ਸਾਮ ਇਥੇ ਕੰਪਲੀਟ ਹੋ ਜਾਏਗਾ ਥੈਨ ਐਲਸੀਐਮ ਦੇ ਵਿੱਚ ਕੀ ਕਰਨਾ ਹੈ ਜੀ ਸਾਰੇ ਜੋ ਵੀ ਫੈਕਟਰਸ ਆਏ ਨੇ ਤੁਸੀਂ ਸਾਰੇ ਫੈਕਟਰਸ ਨੂੰ ਮਲਟੀਪਲਾਈ ਦੇ ਵਿੱਚ ਲਿਖ ਲੈਣਾ 2 multi, 2 2 3 multi, 3 2 multi, 2 4 4 3 12 ਐਂਡ 12 3 36 ਤੁਹਾਡਾ ਆਨਸਰ ਆ ਗਿਆ ਐਲਸੀਐਮ ਦਾ yes ਸੇਮ ਸਾਊਂਡ ਨੰਬਰ 2 6 ਐਂਡ 5 ਇਸ ਦਾ ਵੀ ਤੁਸੀਂ ਫੈਕਟਰ ਬਣਾ ਲੈਣੇ ਆ ਜੀ 2 ਦੇ ਟੇਬਲ ਤੇ ਚੈੱਕ ਕਰਾਂਗੇ 2 3 6 5 ਸੇਮ ਰਹਿ ਜਾਏਗਾ ਬਿਕਾਜ਼ 5 2 ਦੇ ਟੇਬਲ ਵਿੱਚ ਨਹੀਂ ਆ ਰਿਹਾ then 3 3 1 3 5 ਸੇਮ ਰਹਿ ਗਿਆ then 5 1 5 ਤਾਂ ਇਸ ਤਰ੍ਹਾਂ ਅਸੀਂ ਵੀ 1 1 ਇਸ ਦੇ ਟੇਬਲ ਚੈੱਕ ਕਰਦੇ ਜਾਣੇ ਅੱਗੇ ਤਾ ਐਸੀਐਮ ਕੀ ਬਣੇਗਾ 6 ਐਂਡ 5 ਦਾ ਇਸਦੇ ਫੈਕਟਰਸ ਦੀ ਮਲਟੀਪਲਾਈ ਹੋ ਜੇਗੀ 30 ਆਨਸਰ ਆ ਜੀਗਾ ਤੁਹਾਡਾ ਨੈਕਸਟ ਦੇਖੋ 12 ਐਂਡ 5 ਹੈ 5 20 6 ਐਂਡ 18 ਸਾਰੇ ਫੈਕਟਰ ਸੇਮ ਮੈਥਡ ਦੇ ਨਾਲ ਇਸਦੇ ਫਾਈਂਡ ਕੀਤੇ ਹੋਏ ਆ ਓਕੇ ਨਾਓ 12 ਐਂਡ 48 12 ਐਂਡ 48 ਦੇਖੋ ਜੀ 2 ਦੇ ਟੇਬਲ ਤੇ ਦੋਨੋਂ ਹੀ ਵੈਲਿਊਜ਼ ਆਪਣੀਆਂ ਆ ਰਹੀਆਂ 2 6 ਦਾ 12 ਹੁੰਦੇ ਆ ਜੇ 48 ਤੁਹਾਨੂੰ ਡਾਇਰੈਕਟ ਨਹੀਂ ਪਤਾ ਲੱਗ ਰਿਹਾ ਤੁਸੀਂ 48 ਨੂੰ 2 ਦੇ ਉੱਪਰ ਡਿਵਾਈਡ ਕਰਕੇ ਵੀ ਦੇਖ ਸਕਦੇ ਹਾਂ 2 2s 4 ਐਂਡ 2 4s 8 ਪ੍ਰੋਪਰ ਡਿਵਾਈਡ ਹੋ ਗਿਆ ਐਂਡ 24 ਜੋ ਆਪਣਾ ਕੋਸ਼ੈਂਟ ਬਣਿਆ ਉਹ ਅਸੀਂ ਇੱਥੇ ਲਿਖਾਂਗੇ ਥੈਨ 2 3s 6 ਐਂਡ 2 12s 24 ਥੈਨ ਅਗੇਨ 2 ਦੇ ਟੇਬਲ ਤੇ 3 ਤਾਂ ਨਹੀਂ ਜਾਏਗਾ ਬਟ 6 2s 12 ਹੁੰਦੇ ਆ ਥੈਨ ਅਗੇਨ 3 ਸੇਮ ਰਹਿ ਗਿਆ 2 3s 6 ਉਸ ਤੋਂ ਬਾਅਦ 3 ਦੇ ਟੇਬਲ ਤੇ ਦੋਨੋਂ ਹੀ ਆਪਣੀ ਵੈਲਿਊ 1 1 ਬਣ ਗਈ ਮੀਨਸ ਪ੍ਰੋਪਰ ਡਿਵਾਈਡ ਹੋ ਗਿਆ ਸਾਰਾ देन इज द एलसीएम ਦੇ ਵਿੱਚ ਸਭ ਦੀਆਂ ਵੈਲਿਊਜ਼ ਨੂੰ ਮਲਟੀਪਲਾਈ ਕਰ ਦੇਣਾ 48 ਤੁਹਾਡਾ ਆਨਸਰ ਬਣੇਗਾ ਸੋ ਕੁਝ ਸਮ ਤੁਹਾਡੇ ਵਾਸਤੇ ਸੋਲਵ ਕਰਨ ਨੂੰ ਦਿੱਤੇ ਹੋਏ ਆ ਇਹਨਾਂ ਦੇ ਆਨਸਰ ਵੀ ਨੇ ਨਾਲ ਤਾਂ ਤੁਸੀਂ ਇਹਨਾਂ ਨੂੰ ਖੁਦ ਸੋਲਵ ਕਰਨਾ ਹੈ ਜੀ ਹਾਂਜੀ ਸਟੂਡੈਂਟਸ ਤਾਂ ਪਹਿਲਾਂ ਅਸੀਂ ਐਚसीएफ ਕੀਤਾ ਸੀ ਐਂਡ ਅੱਜ ਅਸੀਂ ਐਲਸੀਐਮ ਕੀਤਾ ਤਾਂ ਐਚसीएफ ਤੇ ਐਲਸੀਐਮ ਦਾ ਕਨਸੈਪਟ ਤੁਹਾਨੂੰ ਮੈਂ ਇਕੱਠਾ ਸਮਝਾਉਣੀ ਕਿ ਕੀ ਡਿਫਰੈਂਸਸ ਦੇ ਵਿੱਚ ਸਟੇਟਮੈਂਟ ਤੁਹਾਡੇ ਕੋਲ 6 ਐਂਡ 18 ਹੈ ਜੀ ਇੱਕ ਵਾਰ ਅਸੀਂ ਇਸ ਦਾ ਐਚसीएफ ਕਰਨਾ ਹੈ ਐਂਡ ਇੱਕ ਵਾਰ ਐਲਸੀਐਮ ਕਰਨਾ ਹੈ ਐਚसीएफ ਦੇ ਵਿੱਚ ਦੇਖੋ ਅਸੀਂ ਦੋਨੋਂ ਵੈਲਿਊਜ਼ ਨੂੰ ਅਲੱਗ-ਅਲੱਗ ਸੋਲਵ ਕਰਨਾ 6 ਦੇ ਅਲੱਗ ਫੈਕਟਰ ਬਣਾਉਣੇ ਹੁੰਦੇ ਆ 18 ਦੇ ਅਲੱਗ ਬਣਾਉਣੇ ਆ ਦੇਖੋ 2 3 6 ਐਂਡ 3 1 3 18 ਦੇ 2 9 18 ਦੈਨ 2 ਦੇ ਟੇਬਲ 'ਚ 9 ਨਹੀਂ ਜਾਂਦਾ ਸੋ 3 ਦੇ ਟੇਬਲ ਤੇ ਚੈੱਕ ਕਰੋ 3 3 9 3 1 3 ਤੋਂ 6 ਦੇ ਆਪਾਂ ਲਿਖੇ ਫੈਕਟਰਸ 2 multi, 3 ਐਂਡ 18 ਦੇ ਲਿਖ ਲੇ ਐਸ ਸੀ ਐਫ ਦਾ ਮੀਨਸ ਐ ਕਾਮਨ ਕਾਮਨ ਵੈਲਿਊ ਦੇਖਣੀ ਤੁਸੀਂ ਕਾਮਨ ਕੀ ਆ ਰਿਹਾ ਜੀ ਇੱਕ ਤਾਂ 2 ਕਾਮਨ ਆ ਰਿਹਾ ਐਂਡ ਇੱਕ 3 ਕਾਮਨ ਆ ਰਿਹਾ ਇਹ ਵਾਲਾ 3 ਇੱਥੇ ਆ ਰਿਹਾ ਬਟ ਇੱਥੇ ਨਹੀਂ ਨਾ ਆ ਰਿਹਾ ਸੋ ਇਹਨੂੰ ਆਪਾਂ ਛੱਡ ਦੇਾਂਗੇ ਅਸੀਂ ਜਸਟ ਇਹਨਾਂ ਦੋਨਾਂ ਨੂੰ ਲੈ ਕੇ ਚੱਲਣਾ ਸੋ 2 3 6 ਇਸ ਦਾ ਆਨਸਰ ਹੋਏਗਾ ਐਲਸੀਐਮ ਦੇ ਵੇਲੇ ਤੁਸੀਂ ਕੀ ਕਰਨਾ ਹੈ ਜੀ ਦੋਨਾਂ ਨੂੰ ਇਕੱਠਾ ਲੈ ਕੇ ਚੱਲਣਾ ਹੈ ਠੀਕ ਹੈ ਜੀ ਥੈਨ ਟੂ ਦਾ ਟੇਬਲ ਤੇ ਦੇਖੋ 2 3 6 ਐਂਡ 2 9 18 ਥੈਨ ਇਹ ਦੋਨੋਂ ਵੈਲਿਊਜ਼ ਟੂ ਦੇ ਟੇਬਲ 'ਚ ਨਹੀਂ ਆਉਣਗੀਆਂ ਸੋ 3 ਦੇ ਟੇਬਲ ਤੇ ਚੈੱਕ ਕਰੋ 3 1 3 3 3 9 ਅਗੇਨ 3 ਦੇ ਜਾਓ 3 1 3 ਐਂਡ 3 1 3 ਇੱਥੇ ਵਨ ਸੇਮ ਰਹਿ ਗਿਆ ਐਲਸੀਐਮ ਦੇ ਵਿੱਚ ਕੀ ਕਰਨਾ ਜੀ ਜੋ ਵੀ ਫੈਕਟਰ ਬਣੇ ਆ ਉਹਨਾਂ ਸਭ ਦੀ ਮਲਟੀਪਲਾਈ ਕਰਨੀ ਆ ਸੋ ਇਸ ਦਾ ਆਨਸਰ 18 ਆਏਗਾ a ਇਸ ਦਾ ਡਿਫਰੈਂਸ ਹੁੰਦਾ ਆਈ ਹੋਪ ਸਭ ਨੂੰ ਅਚੀ ਤਰ੍ਹਾਂ ਸਮਝ ਲੱਗ ਗਿਆ ਤਾਂ ਤੁਸੀਂ ਆਪਣੇ ਸਮ ਰਿਵਾਈਜ਼ ਕਰਨੇ ਆ ਐਲਸੀਐਮ ਦੇ ਵੀ ਐਂਡ ਐਕਸੀਐਫ ਵੀ ਓਕੇ ਥੈਂਕ ਯੂ